ਜਗਰਾਉਂ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਜੋੜੋ ਰੈਲੀ ਜਗਰਾਉਂ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਦੀ ਅਗਵਾਈ ਵਿੱਚ ਰੱਖੀ ਗਈ। ਇਸ ਮੌਕੇ ਰੈਲੀ ਨੂੰ ਸੰਬੋਧਿਤ ਕਰਨ ਲਈ ਆਪ ਪਾਰਟੀ ਦੇ 4 ਵਿਧਾਇਕਾਂ ਤੋਂ ਇਲਾਵਾ ਐਮਪੀ ਭਗਵੰਤ ਮਾਨ ਵੀ ਪਹੁੰਚੇ, ਜਿੱਥੇ ਉਹਨਾਂ ਨੇ ਲੋਕਾਂ ਕੋਲੋਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਚੋਣਾਂ ਵਿੱਚ ਫੇਰ ਤੋਂ ਆਪ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਭਗਵੰਤ ਮਾਨ ਕਾਂਗਰਸ ਅਤੇ ਅਕਾਲੀ ਦਲ ਤੇ ਜੰਮ ਕੇ ਬਰਸੇ ਅਤੇ ਕਿਹਾ ਕਿ ਮੋਦੀ ਇਲੈਕਸ਼ਨ ਕਮਿਸ਼ਨ ਹਨ ਅਤੇ ਧੱਕੇ ਨਾਲ ਸਾਡੇ ਦਿੱਲੀ ਦੇ ਵਿਧਾਇਕਾਂ ਤੇ ਕੇਸ ਦਰਜ ਕਰ ਰਹੇ ਹਨ ਤੇ ਦੁਆਰਾ ਉਹ ਸੁਪਰੀਮ ਕੋਰਟ ਨੇ ਪਰਚਾ ਦਰਜ ਕਰਨ ਦਾ ਆਰਡਰ ਕਰਤਾ ਕਿ ਮਤਲਬ ਜਿਹੜਾ ਉਹਨਾਂ ਨੇ ਪਹਿਲਾਂ ਹਿੱਟ ਐਂਡ ਰਨ ਦੇ ਵਿੱਚ ਪਰਿਵਾਰ ਨੂੰ ਜ਼ਖਮੀ ਕੀਤਾ ਸੀ, ਉਹਦੇ ਬਾਰੇ ਕੀ ਕਹੋਗੇ ਹੁਣ ਤੁਸੀਂ? ਦੇਖੋ ਜੀ, ਮਾਮਲਾ ਸਬ ਜੂਡਿਸ ਹੈ, ਜੇ ਮਾਮਲਾ ਕੋਰਟ 'ਚ ਹੈ ਤਾਂ ਮੈਂ ਉਹਦੇ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੂੰਗਾ ਜੀ। ਤੇ ਪਰ ਸਿੱਧੂ ਸਾਹਿਬ ਖੁਦ ਵੀ ਮਿਨਿਸਟਰ ਨੇ, ਉਹਨਾਂ ਨੂੰ ਸ਼ਾਇਦ ਕੋਈ ਜ਼ਿਆਦਾ, ਇਹਨਾਂ ਦੇ ਵਕੀਲ ਜ਼ਿਆਦਾ ਦੱਸ ਸਕਦੇ ਨੇ ਇਹਦੇ ਬਿਹਤਰ। ਅਤੇ ਜੋ ਪੰਜਾਬ ਦੇ ਵਿੱਚ ਇਸ ਟਾਈਮ ਬਲਾਕ ਸਮਿਤੀ ਦੀਆਂ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਵਿੱਚ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਦੇ ਜਿਹੜੇ ਰਾਬਦਾ ਕਾਗਜ਼ ਹੋਏ ਆ, ਧੱਕੇਸ਼ਾਹੀ ਹੋਈ ਆ, ਕੀ ਕਹੋਗੇ ਇਹਦੇ ਬਾਰੇ? ਦੇਖੋ, ਇਹ ਪਹਿਲਾਂ ਅਕਾਲੀ ਦਲ ਕਰਦਾ ਰਿਹਾ, ਹੁਣ ਕਾਂਗਰਸ ਕਰਦੀ ਹੈ ਕਿ ਜੇ ਤੁਸੀਂ ਸਾਡੇ ਕੈਂਡੀਡੇਟਾਂ ਨੂੰ ਕਾਗਜ਼ ਹੀ ਨਹੀਂ ਭਰਨ ਦੇਣੇ, ਜੇ ਸਾਡੇ ਕੈਂਡੀਡੇਟਾਂ ਨੂੰ ਗੋਲੀਆਂ ਵੀ ਮਾਰੋਗੇ, ਜੇ ਸਾਡੇ ਕੈਂਡੀਡੇਟਾਂ ਦੇ ਕਾਗਜ਼ ਰੱਦ ਕਰਾਓਗੇ ਜਾਂ ਡਰਾਓਗੇ ਧਮਕਾਓਗੇ, ਫਿਰ ਵੋਟਾਂ ਪਾਉਣ ਦਾ ਕੀ ਫਾਇਦਾ? ਆਪ ਹੀ ਨੋਮੀਨੇਟ ਹੋ ਜਾ ਕਰੋ ਜੀ। ਇਹਦਾ ਮਤਲਬ ਲੋਕਾਂ ਤੋਂ ਡਰਦੇ ਨੇ ਕਿ ਜੇ ਵੋਟਾਂ ਪੈ ਗਈਆਂ ਅਸੀਂ ਹਾਰ ਜਾਂਗੇ। ਸੋ ਸਥਾਨਕ ਚੋਣਾਂ ਜਿਹੜੀਆਂ ਉਹਨਾਂ ਨੂੰ ਤਾਂ ਲੁੱਟਿਆ ਜਾਂਦਾ ਜੀ। ਉਮੀਦ ਕਰਦੇ ਹਾਂ ਇਸ ਵਾਰ ਇਲੈਕਸ਼ਨ ਕਮਿਸ਼ਨ ਜਿਹੜਾ ਸਟ੍ਰਿਕਟ ਹੋਊਗਾ ਕਿ ਸਾਡੇ ਬਹੁਤ ਸਾਰੇ ਜਿਹੜੇ ਬਲਾਕ ਸਮਿਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਆਮ ਘਰਾਂ ਦੇ ਧੀਆਂ ਪੁੱਤ ਨੇ ਜਿਹੜੇ ਉਹ ਜਿੱਤਣਗੇ। ਇੱਕ ਚੋਣ ਕਮਿਸ਼ਨ ਨੇ ਜੀ ਅੱਜ ਬਿਆਨ ਦਿੱਤਾ ਵਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਫੰਡ ਸੀਗਾ ਵੈਬਸਾਈਟ 'ਤੇ, ਔਰ ਜਿਹੜੀ ਚੋਣ ਕਮਿਸ਼ਨ ਨੂੰ ਰਿਪੋਰਟ ਗਈ ਸੀਗੀ ਚੁਣਾਵੀ ਫੰਡ ਦੀ, ਉਹਦੇ ਵਿੱਚ 13 ਕਰੋੜ ਰੁਪਏ ਘਪਲੇ ਦਾ ਕੋਈ ਉਹਨਾਂ ਦੀ ਕੋਈ ਐਂਟਰੀਜ਼ ਮਿਸ ਨੇ, ਉਹ ਸਾਡੇ ਜਿਹੜੇ ਵਕੀਲ ਨੇ ਜਿਹੜੇ ਸਾਡੇ ਸੀਏ ਨੇ ਉਹ ਉੱਥੇ ਦੇ ਦੇਣਗੇ ਜੀ। ਨਹੀਂ, ਚੋਣ ਕਮਿਸ਼ਨ ਇੱਥੋਂ ਤੱਕ ਕਿਹਾ ਕਿ ਮਤਲਬ ਵੀ ਜਿਹੜਾ ਝਾੜੂ ਨਿਸ਼ਾਨ ਆ ਵੀ ਕੀ ਉਹ ਕੈਂਸਲ ਵੀ ਕਰਦੀ ਹੈ ਇਸ ਘਪਲੇ ਨੂੰ ਦੇਖਦੇ ਹੋਏ? ਚੋਣ ਨਿਸ਼ਾਨ ਜਿਹੜੇ ਚੋਣ ਕਮਿਸ਼ਨ ਹੈ ਉਹ ਤਾਂ ਸਾਡੇ 20 MLA 'ਤੇ ਪਰਚੇ ਕਰੀ ਬੈਠਾ ਹੈ, ਉਹ ਕਹਿੰਦੇ ਤੁਹਾਨੂੰ ਰੱਦ ਕਰਾਂਗੇ। ਸੋ ਚੋਣ ਕਮਿਸ਼ਨ ਦਾ ਤਾਂ ਰਾਜਨੀਤੀਕਰਨ ਹੋਇਆ ਹੋਇਆ ਨਾ। ਚੋਣ ਕਮਿਸ਼ਨ ਕੌਣ ਹੈ? ਮੋਦੀ ਜੀ, ਹਾਂ ਮੋਦੀ ਕਰਦਾ, ਬਾਕੀ ਸਾਰੀ ਦੁਨੀਆ ਇਮਾਨਦਾਰ ਹੈ ਅਤੇ ਬਾਕੀ ਇਕੱਲੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਰਪਟ ਨੇ। ਦਿੱਲੀ ਦੇ ਸਾਡੇ 20 MLA 'ਤੇ ਪਰਚੇ ਦਰਜ ਕਰ ਰੱਖੇ ਜੀ, ਅਤੇ ਉਹ ਜਦੋਂ ਕੋਰਟ ਜਾਂਦੇ ਨੇ ਪੁਲਿਸ ਉਹਨਾਂ ਨੂੰ ਝਿੜਕਦੀ ਹੈ ਵੀ ਆਹ ਕਿਹੜੇ ਕਿਹੜੇ ਕੇਸ ਪਾ ਲਏ। ਸੋ ਇਹ ਸਭ ਅਰਵਿੰਦ ਕੇਜਰੀਵਾਲ ਦੀ ਚੜ੍ਹਾਈ ਨੂੰ ਦੇਖ ਕੇ, ਆਮ ਆਦਮੀ ਪਾਰਟੀ ਦੀ ਚੜ੍ਹਾਈ ਦਿੱਲੀ 'ਚ ਦੇਖ ਕੇ ਉਹ ਕੀਤਾ।